ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲ ਲਿਖਤ ਜਿਸ ਦਾ ਸਿਰਲੇਖ ਹੈ ਜ਼ਿੰਦਗੀ ਦੇ ਰਾਹਾਂ ਤੇ ਆ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਅੰਕ 7ਵਾਂ ਅੰਕ 7ਵੇਂ ਨੂੰ ਅਸੀਂ ਦੋ ਹਿੱਸਿਆਂ ਵਿੱਚ ਪੜਾਂਗੇ ਉਸ ਦਾ ਪਹਿਲਾ ਹਿੱਸਾ ਰੋਜ਼ਗਾਰ ਦੀ ਤਲਾਸ਼ ਸਮਤ 1900 ਤੋਂ 1901 ਲਾਹੌਰ ਵਿੱਚ ਚੌਵਰਿਆਂ ਦੇ ਕਾਲਜ ਜੀਵਨ ਬਾਦ ਐਵੇਂ ਹੋਇਆ ਕਿ ਭਗਤ ਗੋਕਲ ਚੰਦ ਮੇਰੇ ਹਾਈ ਸਕੂਲ ਦੇ ਅਧਿਆਪਕ ਤੇ ਦੂਰੋਂ ਨੇੜਿਓ ਮੇਰੇ ਚਚੇਰੇ ਭਰਾ ਪੰਜਾਬ ਯੂਨੀਵਰਸਿਟੀ ਦੇ ਐਮਏ ਬੜੇ ਬੁੱਧੀਵਾਨ ਮਨੁੱਖ ਨੇ ਵਿਦਿਆਰਥੀਆਂ ਨੂੰ 라ਵਲ ਪਿੰਡੀ ਤੋਂ ਜਾਪਾਨ ਭੇਜਣਾ ਸੋਚਿਆ ਅਤੇ ਹਾਂ ਗੋਕਲ ਚੰਦ ਮੈਨੂੰ ਆਪਣੇ ਹੋਣਹਾਰ ਵਿਦਿਆਰਥੀ ਵਾਂਗ ਪਿਆਰ ਕਰਦੇ ਸਨ ਤੇ ਉਹਨਾਂ ਦੀ ਬੜੀ ਖਾਇਸੀ ਸੀ ਕਿ ਉਹ ਮੈਨੂੰ ਰੋਜ਼ਗਾਰ ਖੇਤਰ ਵਿੱਚ ਕੋਈ ਵਿਚਿਤਰ ਥਾਂ ਆਪਣੇ ਲਈ ਬਣਾਉਣ ਵਿੱਚ ਮਦਦ ਦੇਣ ਉਹਨਾਂ ਮੈਨੂੰ ਟੋਕੀਓ ਯੂਨੀਵਰਸਿਟੀ ਵਿੱਚ ਸ਼ੀਸ਼ਾ ਬਣਾਉਣ ਦੀ ਪੜ੍ਹਾਈ ਕਰਨ ਲਈ ਫੌਰਨ ਭੇਜਣ ਦਾ ਖਿਆਲ ਕਰ ਲਿਆ ਮੇਰੇ ਅੰਦਰ ਕੋਈ ਜਵਾਲਾ ਭੜਕ ਉੱઠી ਭਾਵੇਂ ਮੇਰੇ ਦੋਸਤਾਂ ਨੇ ਜਾਣ ਤੋਂ ਪਹਿਲਾਂ ਡਿਗਰੀ ਪ੍ਰਾਪਤ ਕਰ ਲੈਣ ਦੀ ਸਲਾਹ ਦਿੱਤੀ ਕਿਉਂਕਿ ਉਹਦੇ ਲਈ ਇੱਕੋ ਹੀ ਵਰਾ ਹੋਰ ਬਾਕੀ ਸੀ ਪਰ ਮੈਨੂੰ ਹੋਰ ਕੁਝ ਸੂਝਦਾ ਹੀ ਨਹੀਂ ਸੀ ਮੈਂ ਜਾਣ ਨੂੰ ਤਿਆਰ ਸਾਂ ਬਿਨਾ ਜਾਣੇ ਕਿ ਕਿਉਂ ਤੇ ਬਿਨਾ ਕੁਝ ਵੀ ਸੋਚੇ ਬਸ ਮੇਰੇ ਹਿੱਤੂ ਨੇ ਮੇਰੇ ਜਾਣ ਦਾ ਫੈਸਲਾ ਕਰ ਦਿੱਤਾ ਹੈ ਇਹ ਜ਼ਰੂਰ ਸਭ ਤੋਂ ਪਹਿਲੀ ਗੱਲ ਹੋਵੇਗੀ ਕੋਈ ਹੋਰ ਸੋਚ ਨਹੀਂ ਕਰਨੀ ਮੈਂ ਬੇਚੈਨ ਸਾਂ ਮੈਂ ਹਮੇਸ਼ਾ ਬੇਚੈਨ ਹੁੰਦਾ ਹਾਂ ਜਦੋਂ ਵੀ ਕੋਈ ਕਰਨ ਵਾਲੀ ਗੱਲ ਹੋਵੇ ਜਾਂ ਉਸ ਗੱਲ ਦਾ ਖਹਿੜਾ ਛੱਡ ਕੇ ਤੇ ਜਾਂ ਉਹਨੂੰ ਨਿਪੇਰੇ ਚਾੜ੍ਹ ਕੇ ਮੈਨੂੰ ਚੈਨ ਆਉਂਦਾ ਹੈ ਉਸ ਤੋਂ ਪਹਿਲਾਂ ਨਹੀਂ ਕਿਸੇ ਕਿਸਮ ਦੀ ਮਾਮੂਲੀ ਜਈ ਮਨੋਤ ਵੀ ਮੇਰੇ ਲਈ ਉਹਨਾ ਚਿਰ ਜਿੰਨਾ ਚਿਰ ਮੈਂ ਉਹਨੂੰ ਠੀਕ ਵੇਲੇ ਸਿਰ ਭੁਗਤਾਨ ਨਾ ਲਵਾਂ ਇੱਕ ਅਜ਼ਾਬ ਬਣੀ ਰਹਿੰਦੀ ਹੈ ਜਿੰਨਾ ਕੋ ਮੈਨੂੰ ਯਾਦ ਪੈਂਦਾ ਹੈ ਮੈਂ ਇਹ ਆਪਣਾ ਨੀਮ ਬਣਾ ਲਿਆ ਸੀ ਕਿ ਮਿੱਥਿਤ ਰੁਝੇਵਿਆਂ ਦੀ ਜ਼ਿੰਦਗੀ ਮੈਂ ਨਹੀਂ ਜੀਵਣੀ ਸਾਰੇ ਰੁਝੇਵੇਂ ਮੇਰੀ ਜ਼ਿੰਦਗੀ ਦੇ ਸੁਭਾਵਕ ਵਹਿਣ ਵਿੱਚ ਵਗਦੇ ਆ ਵਗਦੇ ਹੁੰਦੇ ਜਾਣ ਇਸ ਲਈ ਆਤਮਾ ਦੇ ਪੂਰੇ ਜੋਸ਼ ਨਾਲ ਮੈਂ ਇਸ ਮਨੋਵੇਗ ਨਾਲ ਭਰਿਆ ਹੋਇਆ ਸਾਂ ਤੇ ਆਪਣੇ ਮਾਪਿਆਂ ਦੀ ਆਗਿਆ ਲੈ ਬਿਨਾ ਮੈਂ ਕਾਲੇ ਦੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਮੈਂ ਜਾਣਦਾ ਸਾਂ ਆਪਣੇ ਪਰਿਵਾਰ ਦਾ ਮੈਂ ਹੀ ਦਿਮਾਗ ਸਾਂ ਪਰ ਉਹਨਾਂ ਕੋਲੋਂ ਜਾਣ ਦੀ ਆਗਿਆ ਲੈਣੀ ਜ਼ਰੂਰੀ ਸੀ ਤੇ ਨਿਰਾ ਲਿਖ ਕੇ ਇਹ ਆਗਿਆ ਹਾਸਲ ਕਰਨੀ ਸੰਭਵ ਨਹੀਂ ਸੀ ਇਸ ਲਈ ਮੈਂ ਪਿੰਡ ਹਵੇਲੀਆਂ ਵੱਲ ਤੁਰ ਪਿਆ ਜਿੱਥੇ ਮੇਰੇ ਪਿਤਾ ਕਈ ਥਾਵਾਂ ਉੱਤੇ ਫਿਰਫਰਾ ਕੇ ਅੱਜਕਲ ਫੇਰਾ ਵਸੇ ਸਨ ਜਦੋਂ ਉਹਨਾਂ ਨੇ ਅਗਲੇ ਹੀ ਜਹਾਜ਼ ਵਿੱਚ ਮੇਰਾ ਜਾਪਾਨ ਜਾਣ ਦਾ ਫੈਸਲਾ ਸੁਣਿਆ ਮੇਰੀਆਂ ਭੈਣਾਂ ਉਦਾਸ ਹੋ ਗਈਆਂ ਉਹਨਾਂ ਹੋਰ ਤਕਲੀਫਾਂ ਦੇ ਨਾਲ ਇਹ ਵੀ ਖਿਆਲ ਕਰ ਲਿਆ ਕਿ ਉਹਨਾਂ ਦੇ ਖੌਂਦ ਉਹਨਾਂ ਨੂੰ ਸਤਾਣਗੇ ਤੇ ਮੇਰੇ ਬਾਝੋਂ ਮਾਂ लाचार ਹੋ ਜਾਏਗੀ ਮੇਰੇ ਪਿਤਾ ਦਾ ਖਿਆਲ ਸੀ ਕਿ ਮੈਂ ਸ਼ਾਇਦ ਉਹਨਾਂ ਕੋਲ ਮੁੜਨ ਦੀ ਪਰਵਾਹੀ ਨਾ ਕਰਾਂ ਮੈਂ ਉਹਨਾਂ ਨੂੰ ਸਮਝਾਇਆ ਕਿ ਮੈਂ ਪੱਕ ਆਪਣੀਆਂ ਭੈਣਾਂ ਤੇ ਆਪਣੀ ਮਾਂ ਕੋਲ ਮੁੜਾਂਗਾ ਤੇ ਜਿਸ ਗਰੀਬੀ ਜਈ ਵਿੱਚ ਉਦੋਂ ਅਸੀਂ ਰਹਿ ਰਹੇ ਸਾਂ ਉਹ ਮੈਂ ਤੋ ਛੱਡਣੀ ਹੈ ਤੇ ਮੈਂ ਉਹਨਾਂ ਅੱਗੇ ਤਰਲਾ ਕੀਤਾ ਕਿ ਉਹ ਮੈਨੂੰ ਜਾਣ ਦੇਣ ਉਹੜੋ ਕੋ ਮੰਨ ਗਏ ਪਰ ਆਪਣੀ ਮਾਂ ਨੂੰ ਮਨਾ ਲੈਣਾ ਸੁਖਾਲੀ ਗੱਲ ਨਹੀਂ ਸੀ ਉਸ ਆਖਿਆ ਆ ਮੇਰੇ ਕੋਲ ਰਹੋ ਨਾ ਪੜ ਹੋਰ ਅਸੀਂ ਅੱਧੀ ਰੋਟੀ ਖਾ ਲਵਾਂਗੇ ਤੇ ਰਾਜ਼ੀ ਰਹਾਂਗੇ ਪੈਣਾ ਦੀ ਪਰਵਾਰਕ ਮੁਹੱਬਤ ਤੇਰੇ ਲਈ ਤੇ ਤੇਰੀ ਉਹਨਾਂ ਲਈ ਬਹੁਤ ਵੱਡ ਮੁੱਲੀ ਹੈ ਇਹ ਨਿਰੀਆਂ ਆਸਾਂ ਦੇ ਧੁੰਦਲੇ ਖਿਲਾਰ ਵਿੱਚ ਗੁਆਈ ਨਹੀਂ ਜਾ ਸਕਦੀ ਅਸੀਂ ਤੇਰੀ ਦੌਲਤ ਤੇ ਵੱਧੀ ਲਿਆਕਤ ਨੂੰ ਕੀ ਕਰਾਂਗੇ ਜੇ ਪਰਦੇਸੀ ਸਫ਼ਰ ਕਾਰਨ ਕਿਤੇ ਤੇਰਾ ਦਿਲ ਰੁੱਖਾ ਹੋ ਜਾਏ ਤੇ ਤੂੰ ਫੇਰ ਸਾਨੂੰ ਪਿਆਰ ਹੀ ਨਾ ਕਰੇ ਮਾਂ ਇਹ ਗੱਲ ਕਦੇ ਹੋ ਨਹੀਂ ਸਕਦੀ ਮੈਂ ਜਾਣਨਾ ਕਿਸ ਤਰ੍ਹਾਂ ਤੇ ਕਿੰਨੀਆਂ ਮੁਸ਼ਕਲਾਂ ਨਾਲ ਤੁਸੀਂ ਮੈਨੂੰ ਪਾਲਿਆ ਹੈ ਮੈਂ ਜਾਣਨਾ ਤੁਸੀਂ ਮੋਹਰੀ ਵਡਬਈ ਵਿੱਚ ਕਿਸ ਤਰ੍ਹਾਂ ਰਹਿੰਦੇ ਤੇ ਕਿਸ ਤਰ੍ਹਾਂ ਦਿਨੇ ਰਾਤ ਤੁਸੀਂ ਸਾਡੇ ਲਈ ਜਫਰ ਜਾਲੇ ਸਨ ਤੇ ਕੀ ਤੁਸੀਂ ਸੋਚ ਸਕਦੇ ਹੋ ਮੈਂ ਤੁਹਾਨੂੰ ਭੁੱਲ ਜਾਵਾਂਗਾ ਮਾਂ ਮੈਂ ਜਾ ਰਿਹਾ ਹਾਂ ਆਪਣੇ ਦਿਲ ਵਿੱਚ ਵਡੇਰੀ ਮੁਹੱਬਤ ਲੈ ਆਉਣ ਲਈ ਤੇ ਮੈਂ ਉਹਦੀਆਂ ਬਾਹਾਂ ਗਲ ਵਿੱਚ ਪਾ ਲਈਆਂ ਤੇ ਜ਼ਾਰ-ਜ਼ਾਰ ਰੋਣ ਲੱਗ ਪਿਆ ਪੈਣਾ ਨੇ ਵੀ ਮੈਨੂੰ ਜਫੀ ਪਾ ਲਈ ਤੇ ਕੰਟਿਆਂ ਵੱਧੀ ਅਸੀਂ ਫੁੱਟ ਫੁੱਟ ਕੇ ਰੋਂਦੇ ਰਹੇ ਨਹੀਂ ਮੇਰੇ ਪੁੱਤਰ ਨੂੰ ਜਾਣ ਦਿਓ ਮਾਂ ਨੇ ਇੱਕਦਮ ਆਖਿਆ ਤੇ ਅਸੀਂ ਲੋੜ ਪਈ ਤਾਂ ਆਪ ਵੀ ਉੱਥੇ ਜਾ ਸਕਦੇ ਹਾਂ ਪਿੱਛੋਂ ਜੇ ਲਾਹੌਰ ਵਿੱਚ ਇਹ ਬਿਮਾਰ ਹੋ ਗਿਆ ਸੀ ਤੇ ਮੈਂ ਗਈ ਸਾਂ ਤੇ ਇਹਨੂੰ ਵੇਖਿਆ ਸੀ ਆਓ ਅਸੀਂ ਇਹਨੂੰ ਖੁਸ਼ ਕਰੀਏ ਅਸੀਂ ਪਿੱਛੇ ਰਹਿਣ ਵਾਲੇ ਕਿੰਨੇ ਹੀ ਹਾਂ ਤੇ ਇਹ ਇਕੱਲਾ ਜਾ ਰਿਹਾ ਹੈ ਪੈਣਾ ਵੀ ਮੰਨ ਗਈਆਂ ਮੈਂ ਹਵੇਲੀਆਂ ਤੋਂ 라ਵਲਪਿੰਡੀ ਚਲਾ ਗਿਆ ਜਿੱਥੋਂ ਭਗਤ ਗੋਕਲ ਚੰਦ ਨੇ ਕਪੜੇ ਤੇ ਰੁਪਈਏ ਦੇ ਕੇ ਪੂਰੀ ਤਰ੍ਹਾਂ ਤਿਆਰ ਕਰਕੇ ਮੈਨੂੰ ਅਗਾਂਹ ਭੇਜਣਾ ਸੀ ਮੇਰੇ ਤਿਆਰ ਹੁੰਦਿਆਂ ਤੱਕ ਮੇਰਾ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ਜਾਪਾਨ ਜਾਣ ਲਈ ਤਿਆਰ ਹੋ ਗਿਆ ਮੈਂ ਸ਼ੀਸ਼ਾ ਗਰੀ ਸਿੱਖਣ ਲਈ ਤੇ ਉਹ ਬਿਜਲੀ ਇੰਜੀਨੀਅਰਿੰਗ ਲਈ ਤੇ ਪਿੰਡੀ ਵਿੱਚ ਕਿਸੇ ਨੂੰ ਜ਼ਰਾ ਜਿੰਨੀ ਵੀ ਸਮਝ ਨਹੀਂ ਸੀ ਕਿ ਉਹ ਗੱਲਾਂ ਕੀ ਕਰ ਰਹੇ ਹਨ ਬਸ ਸਾਨੂੰ ਬਾਹਰ ਭੇਜਣ ਦੀ ਸਨਸਨੀ ਜਈ ਸੀ ਤੇ ਸਾਡੀ ਵਾਪਸੀ ਉੱਤੇ ਫੈਕਟਰੀਆਂ ਆਰੰਭਣ ਦੀਆਂ ਬੜੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਸਨ ਇਹ ਮੈਂ ਆਖ ਲਵਾਂ ਕਿ ਪੰਜਾਬ ਵਿੱਚ ਭਗਤ ਗੋਕਲ ਚੰਦ ਪਹਿਲਾ ਆਦਮੀ ਨੌਜਵਾਨਾਂ ਦੇ ਖੁਦਮੁਖਤਿਆਰ ਰੋਜ਼ਗਾਰ ਦੀ ਅਣਹੋਂਦ ਉੱਤੇ ਅਸੰਤੁਸ਼ਟਤਾ ਮਹਿਸੂਸ ਕਰਨ ਵਾਲਾ ਸੀ ਉਸਨੇ ਲੋਹੜੀ ਦੀ ਮਾਇਆ ਇਕੱਠੀ ਕਰਨ ਦਾ ਯਤਨ ਕੀਤਾ ਪਰ ਜਿੰਨੀ ਚਾਹੀਦੀ ਸੀ ਉਹ ਨਹੀਂ ਇਕੱਠੀ ਨਾ ਹੋ ਸਕੀ ਉਸ ਮੇਰਾ ਕਿਰਾਇਆ ਤੇ 6 ਮਹੀਨਿਆਂ ਦਾ ਖਰਚਾ ਇਕੱਠਾ ਕਰ ਲਿਆ ਦਮੋਦਰ ਸਿੰਘ ਨੇ ਆਪਣੇ ਪਿਤਾ ਦੀ ਜਾਇਦਾਦ ਉੱਤੇ ਆਪਣੇ ਵਾਸਤੇ ਕਰਜ਼ੇ ਦਾ ਪ੍ਰਬੰਧ ਕਰ ਲਿਆ ਮੇਰੇ ਪਿਤਾ ਦੀ ਕੋਈ ਜਾਇਦਾਦ ਨਹੀਂ ਸੀ ਇਸ ਲਈ ਪਿੰਡੀ ਦੀ ਬਰਾਦਰੀ ਦੇ ਅਮੀਰ ਲੋਕਾਂ ਨੇ ਇਕੱਠੇ ਹੋ ਕੇ ਮੈਨੂੰ 50 ਰੁਪਏ ਮਹੀਨਾ ਜਪਾਨ ਵਿੱਚ ਭੇਜਣਾ ਮਨਜ਼ੂਰ ਕਰ ਲਿਆ ਇਸ ਤਰ੍ਹਾਂ ਪੰਜਾਬ ਤੋਂ ਜਪਾਨ ਜਾਣ ਵਾਲੇ ਪਹਿਲੇ ਵਿਦਿਆਰਥੀਆਂ ਦਾ ਮਾਣ ਸਾਨੂੰ ਮਿਲਿਆ ਤੇ ਪਹਿਲੀ ਵਾਰ ਹੀ ਬੈਰਿਸਟਰੀ ਲਈ ਨਹੀਂ ਸਗੋਂ ਮੁਲਕ ਵਿੱਚ ਸਨਤ ਦਾ ਨਵਾਂ ਯੁੱਗ ਲੈ ਆਉਣ ਲਈ ਅਫਸੋਸ ਸਾਨੂੰ ਕੀ ਪਤਾ ਸੀ ਉੱਥੇ ਸਾਡੇ ਨਾਲ ਕੀ ਵਾਪਰਨਾ ਹੈ ਤੇ ਸਾਡੇ ਸਹਾਇਕਾਂ ਨੂੰ ਇਸ ਸੰਬੰਧ ਵਿੱਚ ਸਾਥੋਂ ਵੀ ਘੱਟ ਪਤਾ ਸੀ ਜਦੋਂ ਕਾਨੂੰਨ ਤੇ ਵਕੀਲੀ ਮੁਲਕ ਦਾ ਸਾਰਾ ਨਿਜ਼ਾਮ ਚਲਾਉਂਦੇ ਹੋਣ ਇਹੀ ਜੱਚਦਾ ਹੈ ਕਿ ਉਸ ਦੇਸ਼ ਦੇ ਸਾਰੇ ਲਾਇਕ ਨੌਜਵਾਨ ਲਾਇਕ ਤੇ ਸਿਆਣੇ ਵਕੀਲ ਹੋਣ ਖਾਸ ਕਰਕੇ ਜੇ ਮੁਲਕ ਪਰਦੇਸੀ ਹਕੂਮਤਾਂ ਹੋਵੇ ਜਿਹਦੇ ਵਿੱਚ ਸਿਰਫ ਕਾਨੂੰਨੀ ਮੁਲਕ ਦੀ ਖੁਸ਼ਹਾਲੀ ਦੀਆਂ ਮੁਲਕ ਸਹੂਲਤਾਂ ਹਾਸਲ ਕਰ ਸਕਦਾ ਹੈ ਸਾਇੰਸਦਾਨ ਤੇ ਤਕਨੀਕੀ ਆਦਮੀਆਂ ਨੂੰ ਸਿਆਸੀ ਪੱਖੋਂ ਖੁਸ਼ਹਾਲ ਮੁਲਕ ਨੌਕਰੀ ਲਈ ਖਰੀਦ ਸਕਦਾ ਹੈ 라ਵਲਪਿੰਡੀ ਵਿੱਚ ਪਹਿਲੀ ਵਾਰੀ ਦਰਜ਼ੀਆਂ ਨੇ ਸਾਨੂੰ ਜੈਂਟਲਮੈਨ ਬਣਾ ਦਿੱਤਾ ਮੇਰੇ ਲਈ ਹਰੀਪੁਰ ਵਾਲੇ ਸ਼ੰਕਰ ਵਾਂ ਕਰਾਨੀ ਹੋਣ ਦੀ ਮਜਬੂਰੀ ਤੋਂ ਬਿਨਾਂ ਹੀ ਪਹਿਲੀ ਵਾਰੀ ਅੰਗਰੇਜ਼ੀ ਸੂਟ ਵਿੱਚ ਹੋਣਾ ਇੱਕ ਚਰਨਾਟ ਸੀ ਦਮੋਦਰ ਸਿੰਘ ਬਚਪਨ ਤੋਂ ਹੀ ਸਹੀ ਦਿਮਾਗ ਠੰਡਾ ਤੇ ਸਵੈ ਕਾਬੂ ਵਾਲਾ ਆਦਮੀ ਸੀ ਜਿਹੜਾ ਹਰ ਗੱਲ ਨੂੰ ਦਲੀਲ ਨਾਲ ਸੋਚ ਲੈਂਦਾ ਸੀ ਮੈਂ ਖਿਆਲ ਕਰਦਾ ਸਾਂ ਉਹ ਮਨ ਵਿੱਚ ਬਿਲਕੁਲ ਬੁੱਢਾ ਹੋ ਗਿਆ ਹੈ। ਮੁੰਡਿਆਂ ਵਾਲੀ ਉਹਦੇ ਵਿੱਚ ਕੋਈ ਗੱਲ ਨਹੀਂ ਸੀ। دانਾਈ, ਚੋਕਸੀ, ਦੂਰੰਦੇਸ਼ੀ ਤੇ ਸੰਕੋਚ ਵੀ ਇहतਿਆਤ, ਹਰ ਮਾਮਲੇ ਵਿੱਚ ਸੰਜਮ, ਧਰਮਾਂ ਚੀਜ਼ਾਂ ਤੇ ਹੋਣੀਆਂ ਬਾਰੇ ਸੋਚਿਆ ਹੋਇਆ ਫੈਸਲਾ, ਠੀਕ ਉਹਦੀਆਂ ਸਿਫਤਾਂ ਸਨ। ਕਦੇ-ਕਦੇ ਆਤਮਾ ਦੀ ਇਸ ਸੁਸਤ ਰਫਤਾਰੀ ਲਈ ਮੈਂ ਉਹਨੂੰ ਪਿਆਰ ਟਕੋਰਾ ਕਰਦਾ ਸਾਂ। ਪਰ ਮੂਡ ਮਨੋਗੀ ਮੂਰਖ ਆਖੇ ਜਾਣਾ ਮੇਰੀ ਤਕਦੀਰ ਜਾਪਦੀ ਰਹੀ ਹੈ ਭਾਵੇਂ ਉਦੋਂ ਨਿਹਰਾ ਮੁੰਡਾ ਹੀ ਸਾਂ ਮੈਂ ਆਪਣੀ ਨਵੀਂ ਪੋਸ਼ਾਕ ਦੀ ਧੜਕਨ ਕਰਕੇ ਉਤਸ਼ਾਹ ਵਿੱਚ ਮਿਉਂਦਾ ਨਹੀਂ ਸਾਂ ਸਿੱਖਾਂ ਵਾਲੀ ਦਾੜੀ ਮੇਰੀਆਂ ਪੁਰਪੁਰੀਆਂ ਤੇ ਥੋੜੀ ਤੋਂ ਉਤਰੀ ਰਹੀ ਸੀ ਤੇ ਮੈਨੂੰ ਉਹਦੇ ਹੇਠਾਂ ਉੱਚਾ ਕਾਲਰ ਲਾਉਣ ਦਾ ਬੜਾ ਸ਼ੌਕ ਸੀ ਆਪਣੀ ਮਾਂ ਮੰਗ ਮੈਨੂੰ ਵੀ ਲਾ ਕੇ ਦੁਖਾ ਕੇ ਆਖਿਆ ਲਫਜ਼ ਜੁਬਦਾ ਸੀ ਤੇ ਮੈਂ ਮਨ ਵੀ ਫੌਰਨ ਜਾਣਦਾ ਸਾਂ ਜੇ ਮੈਨੂੰ ਦੁਖਾਉਣ ਵਾਲਾ ਅੱਖ ਵਿੱਚ ਅਥਰੂ ਪਾੜ ਕੇ ਸਮਝਾ ਦੇਂਦਾ ਕਿ ਜੋ ਮੈਂ ਸਮਝਿਆ ਹੈ ਉਹ ਉਹਦਾ ਪਾਅ ਹਰਗिज ਨਹੀਂ ਸੀ ਮੈਂ ਲੋਕਾਂ ਬਾਰੇ ਨਿਰਣਾ ਕਾਲੀ ਨਾਲ ਕਰ ਲੈਂਦਾ ਸਾਂ ਤੇ ਉਦੋਂ ਵੀ ਕਾਲੀ ਉਹਨਾਂ ਨੂੰ ਖਿਮਾ ਕਰ ਦਿੰਦਾ ਸਾਂ ਦਮੋਦਰ ਸਿੰਘ ਕਿਸੇ ਗੱਲ ਬਾਰੇ ਵੀ ਸਰਗਰਮ ਨਹੀਂ ਸੀ ਜ਼ਿੰਦਗੀ ਐਸੀ ਤਰ੍ਹਾਂ ਹੀ ਹੈ ਉਹਦਾ ਰਵਈਆ ਸੀ ਮੇਰੀ ਜ਼ਿੰਦਗੀ ਜਿਵੇਂ ਮੈਨੂੰ ਜਾਪੀ ਗਲਤੀਆਂ ਦੀ ਇੱਕ ਲੜੀ ਸੀ ਤੇ ਉਹਦੀ ਸਿਆਣੇ ਅਮਲਾਂ ਦੀ ਲੜੀ ਸ਼ਾਇਦ ਉਸਨੇ ਆਪਣੇ ਸ਼ਰੀਫ ਸਾਬਰ ਤੇ ਦ੍ਰਿੜ ਢੰਗ ਨਾਲ ਆਪਣੇ ਦੋਸਤਾਂ ਨੂੰ ਵਦੇਰੇ ਲਾ ਪਹੁੰਚਾਇਆ ਹੋਵੇਗਾ ਤੇ ਮੈਂ ਭਾਵੇਂ ਕਰਨਾ ਬਹੁਤ ਕੁਝ ਚਾਹੁੰਦਾ ਸਾਂ ਕੀਤਾ ਬਹੁਤ ਥੋੜਾ ਜਾਂ ਆਪਣੇ ਦੋਸਤਾਂ ਲਈ ਸਭ ਕੁਝ ਮਾੜਾ ਹੀ ਕੀਤਾ ਤੇ ਆਪਣੀ ਮਾਂ ਵਾਂਗ ਆਪਣੇ ਸਭ ਤੋਂ ਚੰਗੇ ਦੋਸਤਾਂ ਕੋਲੋਂ ਮੇਰਾ ਇਨਾਮ ਉਹਨਾਂ ਨਾਲ ਪਏ ਹਰੇਕ ਵਾਅ ਵਿੱਚ ਮੇਰੀਆਂ ਉਤਾਈਆਂ ਦੇ ਖਿਲਾਫ ਉਹਨਾਂ ਦਾ ਰੋਸ ਤੇ ਅੰਤ ਵਿੱਚ ਇੱਕ ਪਾਗਲ ਆਦਮੀ ਸਮਝ ਕੇ ਉਹਨਾਂ ਦਾ ਮੈਨੂੰ ਛੱਡ ਜਾਣਾ ਸੀ ਪਰ ਇਹ ਦੇ ਬਾਵਜੂਦ ਮੈਂ ਹਮੇਸ਼ਾ ਕੁਝ ਰਹਿ ਆਂ ਜੋ ਕੁਦਰਤ ਨੇ ਮੈਨੂੰ ਬਣਾਇਆ ਸੀ ਤੇ ਜਿੰਨਾ ਚਿਰ ਮੇਰਾ ਖੀਰਲਾ ਤੰਤੂ ਹਾਰ ਨਹੀਂ ਦੇ ਗਿਆ ਮੈਂ ਆਪਣੇ ਸਾਰੇ ਵਾਕਫਾਂ ਲਈ ਹਾਰਦਕ ਦੋਸਤੀ ਨਾਲ थरथਰਾਉਂਦਾ ਰਿਹਾ ਹਾਂ ਇਹਦੇ ਕਰਕੇ ਮੇਰੀ ਸਾਰੀ ਤੰਤੂ ਸ਼ਕਤੀ ਵਰਾਨ ਹੋ ਗਈ ਮੇਰੇ ਵਾਲ ਬਹੁਤ ਛੇਤੀ ਚਿੱਟੇ ਹੋ ਗਏ ਤੇ ਮੈਂ ਉਮਰ ਤੋਂ ਪਹਿਲਾਂ ਬੁੱਢਾ ਹੋ ਗਿਆ ਕਿਉਂਕਿ ਆਤਮਾ ਦੀ ਜਜ਼ਬਾਤੀ ਰਫਤਾਰ ਵਿੱਚ ਫਰਕ ਹੋਣ ਕਰਕੇ ਮੈਂ ਤੇ ਮੇਰੇ ਦੁਆਲੇ ਦੀ ਜ਼ਿੰਦਗੀ ਇੱਕ ਦੂਜੇ ਨਾਲ ਕਦਮ ਮਿਲ ਕੇ ਨਾ ਚੱਲ ਸਕੇ ਓੜਕ ਮੇਰੀਆਂ ਸਾਰਿਆਂ ਨਾਲ ਅਣਬਣ ਹੋ ਗਈ ਜਾਪਾਨ ਵੱਲ ਜਾਂਦੇ ਸਾਡੇ ਦੋਹਾਂ ਪੰਜਾਬੀਆਂ ਦੇ ਹੋਟਲਾਂ ਦੀ ਜ਼ਿੰਦਗੀ ਬਾਰੇ ਅਜੀਬ ਖਿਆਲ ਸਨ ਇਸ ਜ਼ਿੰਦਗੀ ਲਈ ਅਸੀਂ ਬਿਲਕੁਲ ਅਜਨਬੀ ਸਾਂ ਸਾਨੂੰ ਛੁਰੀ ਕਾਂਟੇ ਦੀ ਵਰਤੋਂ ਨਹੀਂ ਸੀ ਆਉਂਦੀ ਵਿਕਟੋਰੀਆ ਟਰਮੀਨਸ ਤੋਂ ਅਸੀਂ ਐਪੋਲੋ ਹੋਟਲ ਪਹੁੰਚੇ ਬੰਬਈ ਦੇ ਇੱਕ ਵਕੀਲ ਮਿਸਟਰ ਬੋਡਾਸ ਲਈ ਸਾਡੇ ਕੋਲ ਇੱਕ ਖਤ ਹੈ ਸੀ ओसी ਕੇ ਇਹ ਸਾਨੂੰ ਪ੍ਰੀਚੇ ਕਰਾਉਣ ਵਾਲੇ ਕੁਝ ਖਤ ਦੇਵੇਗਾ ਕਿਉਂਕਿ ਇਸਨੇ ਇੱਕ ਮਰਹਾਟੇ ਨੌਜਵਾਨ ਸਾਲੇ ਗ੍ਰਾਮ ਨੂੰ ਅਮਲੀ ਕੈਮਿਸਟਰੀ ਸਿੱਖਣ ਲਈ ਜਾਪਾਨ ਭੇਜਿਆ ਸੀ ਅਸਾਂ ਇਸ ਨੂੰ ਬੜੇ ਮਹੱਤਵ ਵਾਲੀ ਗੱਲ خیال ਕੀਤਾ ਸੀ ਜੋ ਜਾਪਾਨ ਪਹੁੰਚਣ ਉੱਤੇ ਸਾਨੂੰ ਬਿਲਕੁਲ ਬੇਕਾਰ ਸਾਬਤ ਹੋਈ ਸਾਡੇ ਲੋਕਾਂ ਨੇ ਜੋ ਕੁਝ ਵੀ خیال ਕੀਤਾ ਸੀ ਉਹ ਸਾਰਾ ਬਿਨਾਂ ਫੋਕਸ ਕੀਤੀਆਂ ਖਿੱਚੀ ਤਸਵੀਰ ਸੀ ਅਸੀਂ ਬੋਡਾਸ ਦਾ ਖਤ ਲੈ ਕੇ ਮਿਸਟਰ ਜਸਟਿਸ ਰਾਨੇਡੇ ਨੂੰ ਮਿਲੇ ਪਹਾੜ ਜਿਹੜਾ ਆਦਮੀ ਉਸ ਵੇਲੇ ਬਲੈਕ ਬੇ ਯਾਨੀ ਕਾਲੀ ਖਾੜੀ ਉਤੇ ਇੱਕ ਤੰਬੂ ਵਿੱਚ ਰਹਿ ਰਿਹਾ ਸੀ ਮੁੰਬਈ ਹਾਈ ਕੋਰਟ ਦਾ ਛੋਟਾ ਜੱਜ ਹੋਣ ਕਰਕੇ ਉਹ ਸ਼ਾਇਦ ਫੈਸਲਾ ਲਿਖ ਰਿਹਾ ਸੀ ਸਾਡੇ ਬੈਠਿਆਂ ਉਭਾਰ ਗਿਆ ਤੇ ਫਿਰ ਅੰਦਰ ਆਇਆ ਭਾਰਤ ਦੇ ਇਸ ਮਹਾਨ ਮਨੁੱਖ ਨਾਲ ਆਲਾਤ ਮਿਲਣ ਦੀ ਇੱਜ਼ਤ ਸਾਨੂੰ ਮਿਲੀ ਅਸੀਂ ਤਾਂ ਵੇਖ ਨਾ ਸਕੇ ਕਿ ਉਹਦੇ ਵਿੱਚ ਕਿਹੜੀ ਗੱਲ ਮਹਾਨ ਸੀ ਪਰ ਹਰ ਕਿਸੇ ਉਹਦੀ ਵਰਤਣ ਦੀ ਗੱਲ ਕੀਤੀ ਸੀ ਇਸ ਲਈ ਦਿਲ ਵਿੱਚ ਬੜੇ ਭੈਣ ਨਾਲ ਅਸੀਂ ਉਹਨੂੰ ਮਿਲੇ ਉਹ ਆਪਣੇ ਕਲਰਕ ਨੂੰ ਫੈਸਲਾ ਲਿਖਾਉਂਦਾ ਗਿਆ ਤੇ ਸਾਡੇ ਨਾਲ ਵੀ ਗੱਲਾਂ ਕਰਦਾ ਗਿਆ ਉਹ ਜੇ ਰਾਨੇੜੇ ਨਾ ਹੁੰਦਾ ਤਾਂ ਘਟ ਤੋਂ ਘਟ ਮੈਂ ਉਹਦੀ ਇੰਨੀ ਬੇਰੁਖੀ ਵੇਖ ਕੇ ਉਥੋਂ ਉਠਾਉਂਦਾ ਪਰ ਇਹ ਅਚੰਬੇ ਦੀ ਗੱਲ ਸੀ ਕਿ ਉਹ ਸਾਡੇ ਕੋਲੋਂ ਸਵਾਲ ਪੁੱਛਦਾ ਰਿਹਾ ਤੇ ਸਾਡੇ ਨਾਲ ਗਲਬਾਤ ਤੋਂ ਆਪਣੇ ਹੋਰ ਕੰਮ ਵਿੱਚ ਰਤਾਂ ਵੀ ਫਰਕ ਪੈਣ ਦਿੱਤੇ ਬਿਨਾਂ ਉਹ ਸਾਨੂੰ ਆਪਣੀ ਸਲਾਹ ਦੇਂਦਾ ਰਿਹਾ ਉਸਨੇ ਸਾਨੂੰ ਸ਼ੁਭ ਇਛਾਵਾਵਾਂ ਦਿੱਤੀਆਂ ਤੇ ਤੰਬੂ ਦੇ ਬਾਹਰ ਆਇਆ ਉਹ ਆਪ ਕੁਝ ਹੈਰਾਨ ਸੀ ਕਿ ਉਹ ਕਿਹੜੀ ਉੱਚੀ ਚੀ ਲਿਆਕਤ ਦਾ ਮਾਲਕ ਸੀ ਪਰ ਅੱਗੇ ਜਾ ਕੇ ਜਾਪਾਨ ਵਿੱਚ ਸਾਨੂੰ ਪਤਾ ਲੱਗਾ ਕਿ ਉਹ ਕਿਡਾ ਵੱਡਾ ਆਦਮੀ ਸੀ ਉਹਦਾ ਇੱਕ ਫਿਕਰਾ ਜਿਵੇਂ ਮੈਂ ਉਹਨੂੰ ਪੜਿਆ ਸੀ ਉਹੀ ਮੇਰੇ ਕੰਨਾਂ ਵਿੱਚ ਵੱਜ ਰਿਹਾ ਹੈ ਭਾਰਤ ਦੀ ਹਾਲਤ ਤੇ ਆਪਣੇ ਦੇਸ਼ ਬਾਰੇ ਆਪਣੀਆਂ ਆਸਾਂ ਦਾ ਜ਼ਿਕਰ ਕਰਦੇ ਹਾਂ ਸਾਖਿਆ ਸੀ ਅਸਾਂ ਅਜੇ ਤੱਕ ਆਪਣੇ ਲਈ ਕੁਝ ਨਹੀਂ ਕੀਤਾ ਜੋ ਕੁਝ ਵੀ ਸਾਡੇ ਲਈ ਕੀਤਾ ਗਿਆ ਹੈ ਉਹ ਅੰਗਰੇਜ਼ਾਂ ਨੇ ਕੀਤਾ ਹੈ ਪਰ ਜਦੋਂ ਅਸੀਂ ਕੁਝ ਕਰ ਲਿਆ ਉਦੋਂ ਜਿੱਥੇ ਹੁਣ ਸਾਗਰ ਹੈ ਉਥੇ ਹਿਮਾਲਿਆ ਹੋਵੇਗਾ ਤੇ ਜਿੱਥੇ ਹੁਣ ਹਿਮਾਲਿਆ ਹੈ ਉਥੇ ਸਾਗਰ ਹੋਵੇਗਾ ਇਸ ਇੱਕ ਫਿਕਰੇ ਨੇ ਮੇਰੇ ਮਨ ਵਿੱਚ ਉਹਦੀ ਸੱਚੀ ਦਿਮਾਗੀ ਮਹਾਨਤਾ ਨੂੰ ਪੱਕਿਆ ਕਰ ਦਿੱਤਾ ਮੇਰੀ ਆਦਤ ਕਦੇ-ਕਦੇ ਲੋਕਾਂ ਨੂੰ ਨਾ ਸਿਰਫ ਪਹਿਲੀ ਨਜ਼ਰ ਉੱਤੇ ਪਿਆਰ ਕਰਨ ਦੀ ਹੈ ਸਗੋਂ ਉਹਨਾਂ ਦੇ ਇੱਕ ਅਨੋਖੇ ਚੰਗੇ ਲਫ਼ਜ਼ ਦੇ ਕਹਿਣ ਉਤੇ ਵੀ ਜਦੋਂ ਅਸੀਂ ਹੋਟਲ ਮੁੜੇ ਤਾਂ ਸਾਡਾ ਸਾਰਾ ਸਾਮਾਨ ਬਹਿਰੇ ਨੇ ਚੰਗੀ ਤਰ੍ਹਾਂ ਥਾਂ 'ਸੇ ਰੱਖ ਦਿੱਤਾ ਹੋਇਆ ਸੀ ਤੇ ਅਸੀਂ ਕਮਰੇ ਵਿੱਚ ਇਕੱਲੇ ਸਾਂ ਡੌਡੀ ਪਿਆਸ ਲੱਗੀ ਹੋਈ ਸੀ ਇਹ ਸਾਨੂੰ ਅਜੀਬ ਲੱਗਾ ਕਿ ਭਾਵੇਂ ਬੰਬਈ ਵਿੱਚ ਮਹੀਨਾ ਗਰਮ ਅਪ੍ਰੈਲ ਦਾ ਸੀ ਤਾਂ ਵੀ ਨਾ ਬੋਡਾਸ ਤੇ ਨਾ ਰਾਨੇੜੇ ਨੇ ਸਾਨੂੰ ਪਾਣੀ ਪੁੱਛਿਆ ਸੀ ਵੱਡੇ ਸ਼ਹਿਰਾਂ ਵਿੱਚ ਸ਼ਾਇਦ ਹਰ ਕੋਈ ਆਪਣੇ ਲੋੜ ਨੂੰ ਹੀ ਆਪ ਹੀ ਵੇਖਦਾ ਹੈ ਜਾਂ ਹੋਟਲਾਂ ਵਿੱਚ ਹਰ ਚੀਜ਼ ਆਰਾਮ ਨਾਲ ਆਪੇ ਹੀ ਮਿਲ ਜਾਂਦੀ ਹੈ ਤੇ ਹੁਣ ਐਪਾ ਲੋ ਹੋਟਲ ਵਿੱਚ ਅਸੀਂ ਇੱਕ ਨਵੇਂ ਘਰ ਵਿੱਚ ਪਰੌਣੇ ਸਾਂ ਜਿੱਥੇ ਕੋਈ ਚੀਜ਼ ਲੈਣ ਲਈ ਸਾਨੂੰ ਆਪਣੇ ਮੇਜ਼ਬਾਨ ਦਾ ਸੁਖਾਲ ਉਡੀਕਣਾ ਜ਼ਰੂਰੀ ਸੀ। ਦਾਮੋਦਰ ਸਿੰਘ ਨੇ ਸੁਝਾਅ ਦਿੱਤਾ ਕਿ ਜਿਸ ਤਰ੍ਹਾਂ ਸਾਡੇ ਗਵਾਂਢੀ ਉੱਚੀ ਉੱਚੀ ਹਾਕ ਮਾਰ ਰਹੇ ਸਨ ਅਸੀਂ ਵੀ ਮੁੰਡੂ ਮੁੰਡੂ ਯਾਨੀ ਬੋਏ ਬੋਏ ਦੀ ਹਾਕ ਮਾਰੀਏ ਪਰ ਇੱਕ ਬੁੱਢੇ ਆਦਮੀ ਨੂੰ ਮੁੰਡੂ ਯਾਨੀ ਬੋਏ ਆਖ ਕੇ ਬੁਲਾਉਣ ਦੀ ਦਲੇਰੀ ਮੈਨਾਂ ਕਰ ਸਕਿਆ। ਇਨੀ ਚਿਰ ਵਿੱਚ ਸੋਨੇ ਦੇ ਕੜਿਆਂ ਵਾਲਾ ਜੈਂਟਲਮੈਨ ਬੇਨੁਕਸ ਅੰਗਰੇਜ਼ੀ ਸੂਟ ਵਿੱਚ ਅੰਦਰ ਆਇਆ ਮੈਂ ਖਿਆਲ ਕਰਨਾ ਤੁਸੀਂ ਪੰਜਾਬੀ ਹੋ ਮੈਂ ਵੀ ਪੰਜਾਬੀ ਹਾਂ ਮੈਂ ਇੰਪੀਰੀਅਲ ਇੰਜੀਨੀਅਰ ਹੋਣੇ ਹੋਣੇ ਇੰਗਲਿਸਤਾਨ ਤੋਂ ਆ ਕੇ ਲੱਗਾ ਹਾਂ ਅਸਾਂ ਦੋ ਚਾਰ ਗੱਲਾਂ ਕਰਨ ਬਾਅਦ ਉਹਦੇ ਕੋਲੋਂ ਪੁੱਛਿਆ ਕਿ ਸਾਨੂੰ ਪਾਣੀ ਕਿੱਥੋਂ ਮਿਲ ਸਕੇਗਾ ਕਿਉਂ ਨਹੀਂ ਇੱਕਦਮ ਤੇ ਉਸ ਉੱਚੀ ਦਿੱਤੀ ਹਾਕ ਮਾਰੀ ਬਾਈ बोए दौड़ होया आ गया उस आख्या नींबू पानी तो सोडा एकदम उस आख्या तो पल पिछों असा तिना ने बर्फ ठंडे पानी के व्डे भरपूर गिलास पीते चंगे इंजीनियर ने कीमत दी मैं अजे भी हैरानी है कि उसने सोने के कड़े क्यों पाए हुए सन निपनूसन कायशा माल जहाज़ा चो किसी एक उड़ीक करद ਐਪਲੋ ਹੋਟਲ ਵਿੱਚ ਅਸੀਂ 2 ਜਾਂ 3 ਦਿਨ ਸ਼ਰਮਾਂਦੇ ਰਹੇ ਲਗਭਗ ਫਾਕਾ ਹੀ ਕੱਟ ਰਹੇ ਸਾਂ ਪਰ ਦੋਵੇਂ ਅਸੀਂ ਖਾਣਾ ਤੇ ਟਿਫਨ ਕਮਰੇ ਵਿੱਚ ਹੀ ਮੰਗਵਾਉਂਦੇ ਸਾਂ ਤੇ ਆਪਣੀ ਰੋਟੀ ਨਾਲ ਛੁਰੀ ਤੇ ਕਾਂਟੇ ਨਾਲ ਲੜਾਈ ਕਰਨ ਲਈ ਹੱਥ ਅਜ਼ਮਾਉਂਦੇ ਸਾਂ ਬੰਬਈ ਦੇ ਸਭ ਨਜ਼ਾਰਿਆਂ ਵਿੱਚੋਂ ਜਿਨ੍ਹਾਂ ਉਤੇ ਹੋਟਲ ਦਾ ਆਗੂ ਸਾਨੂੰ ਲੈ ਗਿਆ ਦਮੋਦਰ ਸਿੰਘ ਨੂੰ ਬੰਬਈ ਦਾ ਅਜਾਇਬ ਘਰ ਅਤ ਚੰਗਾ ਲੱਗਾ ਸ਼ਾਮ ਵੇ ਉਹਨੂੰ ਮੈਂ ਆਪਣੀ ਗੁੱਜੀ ਖੁਸ਼ੀ ਦੀ ਪਿੰਨਤ ਨਾ ਪਹਿਣ ਦਿੱਤੀ ਪਰ ਮੈਨੂੰ ਸ਼ਾਮ ਵੇਲੇ ਕਾਲੀ ਖਾੜੀ ਉੱਤੇ ਬੌਰੰਗੀਆਂ ਸਾੜੀਆਂ ਨੇ ਤੇ ਉਹਨਾਂ ਦੀ ਫੜਫੜਾਹਟ ਨੇ ਨਿਹਾਲ ਕੀਤਾ ਮੈਂ ਵਿਕਟੋਰੀਆ ਗੱਡੀਆਂ ਦੀ ਆਵਾਜਾਈ ਵਿੱਚ ਜ਼ਿੰਦਗੀ ਦੀ ਵਿਆਕੁਲਤਾ ਵੇਖੀ ਤੇ ਚਮਕਦੀਆਂ ਫਿਟਨਾਂ ਨੂੰ ਸਮੁੰਦਰੀ ਪੌਣ ਨਾਲ ਧੜਕਦੇ ਦਿਲਾਂ ਖੁਸ਼ੀਆਂ ਤੇ ਫੁਰਸਤਾਂ ਦੀ ਨਦੀ ਵਾਂਗ ਵਗਦੇਆਂ ਵੇਖਿਆ ਧਰਤੀ ਤੋਂ ਵਿਛੋੜਾ ਤੇ ਸਮੁੰਦਰੀ ਸਫ਼ਰ ਦੇ ਸਾਰੇ ਖਤਰਿਆਂ ਦਾ ਸਾਨੂੰ ਪੂਰਾ ਅਨੁਭਵ ਨਹੀਂ ਸੀ ਇਸ ਲਈ ਸਾਨੂੰ ਕੋਈ ਡਰ ਨਾ ਲੱਗਾ ਅਸੀਂ ਜਹਾਜ਼ ਵਿੱਚ ਚੜ੍ਹੇ ਜਿਵੇਂ ਉਹ ਕੋਈ ਪੋਠੋ ਹਾਰ ਦਾ ਬੈਲਗੱਡਾ ਸੀ ਦੂਜੀ ਸਵੇਰ ਅਸੀਂ ਪਾਣੀਆਂ ਦੇ ਕੌਤਕ ਉੱਤੇ ਜਾਗੇ ਅਸੀਂ ਇਕਲ ਮੁਕੱਲੇ ਸਾਂ ਕਦੇ ਅਸੀਂ ਹਾਸਪੈੰਦ ਦੇ ਸਾਂ ਤੇ ਕਦੀ ਮੈਂ ਦਮੋਦਰ ਸਿੰਘ ਦੀ ਝੋਲੀ ਵਿੱਚ ਆਪਣਾ ਸਿਰ ਸੁੱਟ ਕੇ ਜ਼ੋਰ-ਕਤਾਰ ਰੋਂਦਾ ਸਾਂ ਉਮੈਨ ਨੂੰ ਦਿਲਾਸਾ ਦਿੰਦਾ ਸੀ ਮੈਂ ਬਹੁਤਾ ਆਪਣੀ ਮਾਂ ਨੂੰ ਯਾਦ ਕਰਦਾ ਸੀ ਰੋਟੀ ਮੈਨੂੰ ਬੇਸਵਾਦ ਲੱਗਦੀ ਸੀ ਉਬਲਿਆ ਹੋਇਆ ਮਾਸ ਕੱਚੀ ਚਰਬੀ ਨਾਲ ਲਿਬੜਿਆ ਉਬਲਿਆ ਭੁੰਨਿਆ ਗਾਊ ਮਾਸ ਭਿਆੰਕਰ ਕਾਫੀ ਤੇ ਮੋਟੀ ਕਾਲੀ ਚਾਹ ਥੋੜੇ ਜਿਹੇ ਪੀਲੇ ਕੇਲੇ ਹਮੇਸ਼ਾ ਤੇ ਹਰ ਵਾਰੀ ਇਹ ਮਾਲ ਕਿਸ਼ਤੀ ਹੈ ਸਵਾਰੀ ਜਹਾਜ਼ ਨਹੀਂ ਜਾਪਾਨੀ ਮੁਖ्तार ਸਾਨੂੰ ਦੱਸਦਾ ਸੀ ਬਾਕੀ ਮੁਸਾਫਰਾਂ ਵਿੱਚੋਂ ਬਹੁਤੇ ਜਾਪਾਨੀ ਸਨ ਉਹ ਜਾਪਾਨੀ ਖੁਰਾਕ ਦਾ ਆਪੇ ਹੀ ਪ੍ਰਬੰਧ ਕਰ ਲੈਂਦੇ ਸਨ ਮੈਂ ਕੁਝ ਵੀ ਅੰਦਰ ਨਹੀਂ ਸੰ ਲਗਾ ਸਕਦਾ ਲੱਗਦਾ ਸੀ ਬਾਹਰ ਆ ਜਾਏਗਾ ਸਿਰਫ ਕੇਲੇ ਮੱਛੀ ਟੋਸਟ ਤੇ ਦੋ ਕੁ ਟਾ ਚਾਹ ਟੋਸਟਾਂ ਨੂੰ ਅੰਦਰ ਲਗਾਉਣ ਲਈ ਪਰ ਮੇਰਾ ਸਾਥੀ ਸੂਜਵਾਨ ਦਮੋਦਰ ਸਿੰਘ Hindu ਜਾਏ ਵਾਂ ਜੋ ਕੁਝ ਉਹਨੂੰ ਮਿਲ ਸਕਦਾ ਸੀ ਉਹ ਸਭ ਕੁਝ ਧੀਰੇ ਜ ਨਾਲ ਲੈ ਲੈਂਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਉਹ ਭੁੱਖ ਦੀ ਬਿਮਾਰੀ ਲਈ ਕੋਹੜੀ ਦਵਾਈਆਂ ਸਭ ਕੁਝ ਲੈ ਲੈਂਦਾ ਸੀ ਤੇ ਮੈਂ ਮੂਰਖਾਂ ਵਾਂਗ ਆਪਣੀ ਮਾਂ ਦੀਆਂ ਪਰੋਸੀਆਂ ਥਾਲੀਆਂ ਦੀ ਖੁਸ਼ਬੂਈ ਦੀ ਜਜ਼ਬਾਤੀ ਯਾਦ ਵਿੱਚ ਭੁੱਖਾ ਮਰ ਰਿਹਾ ਸੀ ਮੈਂ ਭੁੱਖ ਕਟ ਰਿਹਾ ਸੀ ਉਮੀਦ ਕਰਦਾ ਸਾਂ ਕੋਲੰਬੋ ਅਸੀਂ ਕੰਡੇ ਲਗਾਗੇ ਇਸੇ ਤਰ੍ਹਾਂ ਸਾਨੂੰ ਯਕੀਨ ਹੈ ਕਿ ਸਿੰਗਾਪੁਰ ਪਹੁੰਚਣ ਤੋਂ ਪਹਿਲਾਂ ਮੈਂ 10 ਜਾਂ ਵਧੇਰੇ ਦਿਨ ਲਗਭਗ ਭੁੱਖੜਾਈ ਕਟਿਆ ਸੀ। ਉਹ ਧਰਤੀ ਨਜ਼ਰ ਆਈ। ਅਸਾਂ ਦੋ ਸਾਥੀਆਂ ਨੇ ਘੋੜਿਆਂ ਦੀ ਜੁੱਤੀ ਜੋੜੀ ਵਾਂਗ ਇੱਕ ਰਜ਼ਾਮੰਦ ਤਿੱਖਾ ਤੇ ਕਾਲਾ ਤੇ ਦੂਜਾ ਨਾਰਾਜ਼ੀ ਸਥਿਲ ਤੇ ਮਿੱਠਾ ਨੀਲੇ ਪਾਣੀ ਉੱਤੇ ਸਿੰਗਾਪੁਰ ਦੇ ਪੰਨੇ ਵਤ ਹਰੇ ਬਾਪ ਤਰਦੇ ਵੇਖੇ। ਗੁਰੂ ਰੂਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦਾ ਅਗਲੇ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ